ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਭ ਦਾ ਆਪਣੇ ਇਸ YouTube ਚੈਨਲ ਤੇ ਸਵਾਗਤ ਹੈ ਇਸ ਚੈਨਲ ਤੇ ਆਪਾਂ ਪੰਜਾਬੀ ਲਾਜ਼ਮੀ ਪੇਪਰ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਪੰਜਾਬ ਦੀਆਂ ਸਰਕਾਰੀ ਪੋਸਟਾਂ ਲਈ ਰੱਖਿਆ ਗਿਆ ਹੈ ਅੱਜ ਆਪਣਾ ਹੈ ਭਾਗ ਨੰਬਰ 5 ਹੈ ਇਸ ਤੋਂ ਪਹਿਲਾਂ ਆਪਾਂ ਇਸ ਦੇ ਚਾਰ ਪਾ ਕਰ ਚੁੱਕੇ ਹਾਂ ਅੱਜ ਆਪਾਂ ਇਸ ਵੀਡੀਓ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ 25 ਕਵੈਸ਼ਨ ਕਰਾਂਗੇ ਸੋ ਪਲੀਜ਼ ਸਾਰੇ ਨੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਓ ਤਾਂ ਜੋ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਿਰਪਾਹ ਪਹੁੰਚ ਸਕੇ। ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆਂ। ਕੁਐਸਚਨ ਨੰਬਰ 1 ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ? ਗੁਰੂ ਅਰਜਨ ਦੇਵ ਜੀ, ਗੁਰੂ ਹਰਾਈ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਹਰਕ੍ਰਿਸ਼ਨ ਜੀ। ਇਸ ਦਾ ਸਹੀ ਆਨਸਰ ਆਪਸ਼ਨ ਨੰਬਰ 3 ਗੁਰੂ ਤੇਗ ਬਹਾਦਰ ਜੀ। ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ ਜੋ ਕਿ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਗੁਰਗੱਦੀ ਤੇ ਬਰਾਜਮਾਨ ਹੋਏ। ਕਵੈਸਚਨ ਨੰਬਰ 2 ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ 1 April 1621 AD ਨੂੰ 1 April 1627 AD ਨੂੰ 1 April 1624 AD ਨੂੰ ਜਾਂ ਫਿਰ 1 April 1634 AD ਨੂੰ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ A 1 April 1621 AD ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 AD ਨੂੰ ਅੰਮ੍ਰਿਤਸਰ ਵਿਖੇ ਹੋਇਆ ਕਵੈਸਚਨ ਨੰਬਰ 3 ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਪਾਈ ਜੇਠਾ ਪਾਈ ਜੋਦਾ ਸੂਰਜਮਲ त्यागਮਲ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਡੀ त्यागਮਲ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ त्यागਮਲ ਸੀ ਕੁਐਸਚਨ ਨੰਬਰ 4 ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਕੀ ਸੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਬਾਬਾ ਗ੍ਰਿਧਤਾ ਜੀ RAM ਰਾਏ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਗੁਰੂ ਹਰगोबिंद ਜੀ ਸੀ ਜੋ ਕਿ ਸਿੱਖਾਂ ਦੇ 6ਵੇਂ ਗੁਰੂ ਸਨ ਕੁਐਸਚਨ ਨੰਬਰ 5 ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਸਲਖਣੀ ਮਾਤਾ ਸਭਰਾਈ ਦੇਵੀ ਮਾਤਾ ਨਾਨਕੀ ਜਾਂ ਫਿਰ ਮਾਤਾ ਜਾਣਕੀ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਮਾਤਾ ਨਾਨਕੀ ਜੀ ਸੀ ਕਵੈਸਚਨ ਨੰਬਰ 6 ਗੁਰੂ ਤੇਗ ਬਹਾਦਰ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਜਹਾਂਗੀਰ, ਅਕਬਰ, ਔਰੰਗਜ਼ੇਬ, ਬਹਾਦਰ ਸ਼ਾਹ। ਇੱਦਾਂ ਸਹੀ ਆਨਸਰ ਹੈ ਆਪਸ਼ਨ ਨੰਬਰ ਸੀ ਔਰੰਗਜ਼ੇਬ। ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਜੋ ਕਿ ਸਾਹਾਂ ਤੋਂ ਬਾਅਦ ਮੁਗਲ ਸ਼ਾਸਕ ਬਣਿਆ ਸੀ। ਕਵੈਸਚਨ ਨੰਬਰ 7 ਨੌਵੇਂ ਗੁਰੂ ਦੀਪਾਲ ਕਿਸ ਨੇ ਕੀਤੀ ਸੀ? ਭਾਈ ਮਨੀ ਸਿੰਘ, ਮੱਖਣ ਸ਼ਾਹ, ਲਵਾਨਾ ਲੱਖੀਸ਼ਾ ਭਾਈ ਜੈਤਾ ਜੀ ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਮੱਖਣ ਸ਼ਾ ਨੌਵੇਂ ਗੁਰੂ ਦੀਪਾਲ ਮੱਖਣ ਸਾਹਿਬ ਲਵਾਨਾ ਨੇ ਕੀਤੀ ਸੀ ਕੁਐਸਚਨ ਨੰਬਰ 8 ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਮਿਲਣ ਆਏ ਅੰਮ੍ਰਿਤਸਰ ਸਾਹਿਬ ਕਰਤਾਰਪੁਰ ਆਨੰਦਪੁਰ ਸਾਹਿਬ ਗੋਵਿੰਦਵਾਲ ਸਾਹਿਬ ਇਸਦਾ ਸਹੀ ਆਨਸਰ ਆਪਸ਼ਨ ਨੰਬਰ C ਆਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਪੰਡਤ ਮੁਗਲ ਸ਼ਾਸਕਾਂ ਦੇ ਅਤਿਆਚਾਰ ਤੋਂ ਤੰਗ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਮਿਲਣ ਆਏ। ਕੁਐਸਚਨ ਨੰਬਰ 9 ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਲਾਲ ਚੌਂਕ ਲਾਹੌਰ, ਕਿਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ, ਚਾਂਦਨੀ ਚੌਂਕ ਦਿੱਲੀ ਜਾਂ ਫਿਰ ਮਖੋਵਾਲ। ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਚਾਂਦਨੀ ਚੌਂਕ ਦਿੱਲੀ। ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਮੁਗਲ ਸ਼ਾਸਕ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ। ਕਵੈਸਚਨ ਨੰਬਰ 10 ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਨਵੰਬਰ 1674 ਈ ਜੂਨ 1675 ਈ ਨਵੰਬਰ 1675 ਈ ਜਾਂ ਫਿਰ ਜੂਨ 1675 ਈ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਜੂਨ ਨਵੰਬਰ 1675 ਈ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਕਵੈਸਚਨ ਨੰਬਰ 11 ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਆਏ ਕਸ਼ਮੀਰੀ ਪੰਡਤਾਂ ਦਾ ਮੁਖੀ ਕੌਣ ਸੀ ਪੰਡਤ ਦਿਆਲਰਾਮ ਪੰਡਤ ਹਰਦਿਆਲ ਪੰਡਤ ਕਿਰਪਾਰਾਮ ਪੰਡਤ ਰਾਮ ਦਿਆਲ ਇਹਦਾ ਸਹੀ ਆਨਸਰ ਆਪਸ਼ਨ ਨੰਬਰ 3 ਪੰਡਤ ਕਿਰਪਾਰਾਮ ਗੁਰੂ ਤੇਗ ਬਹਾਦਰ ਜੀ ਨੂੰ ਜੋ ਕਸ਼ਮੀਰੀ ਪੰਡਤਾਂ ਦਾ ਜਥਾ ਮਿਲਣ ਆਇਆ ਸੀ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਸਨ ਉਹਨਾਂ ਦਾ ਮੁਖੀ ਪੰਡਤ ਕਿਰਪਾਰਾਮ ਸੀ ਕੁਐਸਚਨ ਨੰਬਰ 12 ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬਰਾਜਮਾਨ ਕਦੋਂ ਹੋਏ 1661 ਈ 1663 ਈ 1664 ਈ ਜਾਂ ਫਿਰ 1665 ਈ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਡੀ 1665 ਈ ਵਿੱਚ ਗੁਰੂ ਤੇਗ ਬਹਾਦਰ ਜੀ 1665 ਈ ਵਿੱਚ ਗੁਰਗੱਦੀ ਤੇ ਬਰਾਜਮਾਨ ਹੋਏ ਕੁਐਸਚਨ ਨੰਬਰ 13 ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰਾਮਦਾਸਪੁਰ ਕਰਤਾਰਪੁਰ ਜਲੰਧਰ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਕੀਤੀ। ਕੁਐਸਚਨ ਨੰਬਰ 14 ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਕੀ ਸੀ? ਕੁੱਕੇਵਾਲੀ, ਚੱਕ ਨਾਨਕੀ, ਖਿਦਰਾਣਾ ਜਾਂ ਫਿਰ ਕੀਰਤਪੁਰ? ਇਸ ਦਾ ਸਹੀ ਆਨਸਰ ਆਪਸ਼ਨ ਨੰਬਰ B ਚੱਕ ਨਾਨਕੀ। ਆਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਚੱਕ ਨਾਨਕੀ ਸੀ। ਜੋ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਦੇ ਨਾਮ ਤੋਂ ਰੱਖਿਆ ਸੀ। ਤੇ ਬਾਅਦ ਵਿੱਚ ਇਸ ਨੂੰ ਆਨੰਦਪੁਰ ਸਾਹਿਬ ਕਿਹਾ ਜਾਣ ਲੱਗਿਆ। ਵਚਨ ਨੰਬਰ 15 ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦਾ ਸੰਸਕਾਰ ਕਿੱਥੇ ਕੀਤਾ ਗਿਆ ਦਿੱਲੀ ਕਰਤਾਰਪੁਰ ਗੋਵਿੰਦਵਾਲ ਸਾਹਿਬ ਜਾਂ ਫਿਰ ਆਨੰਦਪੁਰ ਸਾਹਿਬ ਵਿਖੇ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦਾ ਸੰਸਕਾਰ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਕੁਐਸਚਨ ਨੰਬਰ 16 ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸੰਸਕਾਰ ਕਿੱਥੇ ਕੀਤਾ ਗਿਆ ਦਿੱਲੀ ਆਨੰਦਪੁਰ ਸਾਹਿਬ ਸਰਹਿੰਦ ਕੀਰਤਪੁਰ ਸਾਹਿਬ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ A ਦਿੱਲੀ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸੰਸਕਾਰ ਦਿੱਲੀ ਵਿਖੇ ਕੀਤਾ ਗਿਆ ਇਹ ਲੱਖੀ ਸ਼ਾਹ ਬੰਜਾਰਾ ਦੁਆਰਾ ਕੀਤਾ ਗਿਆ ਕੁਐਸਚਨ ਨੰਬਰ 17 ਗੁਰੂ ਤੇਗ ਬਹਾਦਰ ਜੀ ਨੇ ਕਿਹੜੀ ਲੜਾਈ ਵਿੱਚ ਬਹਾਦਰੀ ਦੇ ਜੋਰ ਦਿਖਾਏ ਖੇਦਰਾਣਾ ਲੈਰਾ ਕਰਤਾਰਪੁਰ ਜਾਂ ਫਿਰ ਅੰਮ੍ਰਿਤਸਰ ਦੀ ਲੜਾਈ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ C ਕਰਤਾਰਪੁਰ ਦੀ ਲੜਾਈ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਲੜਾਈ ਵਿੱਚ ਬਹਾਦਰੀ ਦੇ ਜੋਰ ਦਿਖਾਏ ਜੋ ਕਿ 1635ਵੀਂ ਵਿੱਚ ਹੋਈ। ਕੁਐਸਚਨ ਨੰਬਰ 18 ਗੁਰੂ ਤੇਗ ਬਹਾਦਰ ਜੀ ਦਾ ਸੀਸ ਕਿਹੜਾ ਸਿੱਖ ਸਰਦਾਰੂ ਆਨੰਦਪੁਰ ਸਾਹਿਬ ਵਿਖੇ ਲੈ ਕੇ ਆਇਆ? ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ, ਭਾਈ ਮੱਖਣ ਸ਼ਾਹ ਲਵਾਨਾ, ਭਾਈ ਮਨੀ ਸਿੰਘ। ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਭਾਈ ਜੈਤਾ ਜੀ। ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਵਿਖੇ ਲੈ ਕੇ ਆਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗੱਲ ਨਾਲ ਲਗਾਇਆ ਕੁਐਸਚਨ ਨੰਬਰ 11 ਗੁਰੂ ਤੇਗ ਬਹਾਦਰ ਜੀ ਦੀ ਦੇਹ ਸੰਸਕਾਰ ਵਾਲੀ ਜਗਾ ਕਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਗੁਰਦੁਆਰਾ ਸ਼ੀਸਗੰਜ ਗੁਰਦੁਆਰਾ ਦੁੱਖ ਨਿਮਾਰਨ ਗੁਰਦੁਆਰਾ ਰਕਾਬਗੰਜ ਗੁਰਦੁਆਰਾ ਬਾਲਾ ਸਾਹਿਬ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ 3 ਗੁਰਦੁਆਰਾ ਰਕਾਬਗੰਜ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸੰਸਕਾਰ ਜਿੱਥੇ ਲੱਖੀ ਸ਼ਾਹ ਬਨਜਾਰਾ ਨੇ ਕੀਤਾ ਸੀ ਉੱਥੇ ਗੁਰਦੁਆਰਾ ਰਕਾਬ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ ਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਚਾਂਦਨੀ ਚੌਕ ਦਿੱਲੀ ਵਿਖੇ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਬਣਾਇਆ ਗਿਆ ਹੈ ਕੁਐਸਚਨ ਨੰਬਰ B ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਾਲੇ ਸਥਾਨ ਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ ਗੁਰਦੁਆਰਾ ਰਕਾਬਗੰਜ ਗੁਰਦੁਆਰਾ ਸ਼ੀਸ਼ਗੰਜ ਗੁਰਦੁਆਰਾ ਬਾਲਾ ਸਾਹਿਬ ਜਾਂ ਫਿਰ ਗੁਰਦੁਆਰਾ ਹਸਨ ਅਬਦਾਲ ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਗੁਰਦੁਆਰਾ ਸੀਸਗੰਜ। ਕੁਐਸਚਨ ਨੰਬਰ 21 ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਮ ਕੀ ਸੀ? ਗੋਵਿੰਦ ਰਾਏ, ਤੀਰਮਲ, ਰਾਮ ਰਾਏ, ਮਨੀ ਸਿੰਘ। ਇਹਦਾ ਸਹੀ ਆਨਸਰ ਆਪਸ਼ਨ ਨੰਬਰ A ਗੋਵਿੰਦ ਰਾਏ। ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਮ ਗੋਵਿੰਦ ਰਾਏ ਸੀ। ਜੋ ਕਿ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਾਏ। ਤੇ ਉਹ ਸਿੱਖ ਧਰਮ ਦੇ 10ਵੇਂ ਗੁਰੂ ਬਣੇ ਸਨ। ਕਵੈਸਚਨ ਨੰਬਰ 22 ਗੁਰੂ ਤੇਗ ਬਹਾਦਰ ਜੀ ਦੀ ਭੈਣ ਦਾ ਨਾਮ ਕਿ ਸੀ ਬੀਬੀ ਅਮਰੋ ਬੀਬੀ ਨਾਨਕੀ ਬੀਬੀ ਬੀਰੋ ਬੀਬੀ ਖੇਵੀ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ 3 ਬੀਬੀ ਬੀਰੋ ਗੁਰੂ ਤੇਗ ਬਹਾਦਰ ਜੀ ਦੀ ਭੈਣ ਦਾ ਨਾਮ ਬੀਬੀ ਬੀਰੋ ਜੀ ਸੀ ਕਵੈਸਚਨ ਨੰਬਰ 23 ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਕਾਲ ਕਿ ਸੀ 1664 ਤੋਂ 1675 ਈਸਵੀ 1665 ਤੋਂ 1678 ਈਸਵੀ 1664 ਤੋਂ 1673 ਈਸਵੀ 1665 ਤੋਂ 1675 ਈਸਵੀ ਇਦਾਂ ਸਹੀ ਆਨਸਰ ਆਪਸ਼ਨ ਨੰਬਰ ਡੀ 1665 ਤੋਂ 1675 ਈਸਵੀ ਗੁਰੂ ਤੇਗ ਬਹਾਦਰ ਜੀ 1665 ਤੋਂ 1675 ਈਸਵੀ ਤੱਕ ਗੁਰਗੱਦੀ ਤੇ ਬਰਾਜਮਾਨ ਰਹੇ ਕੁਐਸਚਨ ਨੰਬਰ 24 ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਹਨ 116 679 907 ਜਾਂ ਫਿਰ 512 ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ 116 ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਦੇ ਦਰਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 116 ਸ਼ਬਦ ਦਰਜ ਹਨ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਜ ਕੀਤੇ ਗਏ। ਕੁਐਸਚਨ ਨੰਬਰ 25 ਗੁਰੂ ਤੇਗ ਬਹਾਦਰ ਜੀ ਬਕਾਲਾ ਵਿੱਚ ਕਿੰਨੇ ਸਾਲ ਰਹੇ? 12 ਸਾਲ, 20 ਸਾਲ, 18 ਸਾਲ ਜਾਂ ਫਿਰ 14 ਸਾਲ? ਇੱਦਾਂ ਸਹੀ ਆਨਸਰ ਆਪਸ਼ਨ ਨੰਬਰ B 20 ਸਾਲ। ਗੁਰੂ ਤੇਗ ਬਹਾਦਰ ਜੀ 20 ਸਾਲ ਬਕਾਲਾ ਵਿਖੇ ਰਹੇ। ਸੋ ਇਹ ਸਨ ਅੱਜ ਦੀ ਵੀਡੀਓ ਦੇ 25 ਕੁਐਸਚਨ। ਜੇਕਰ ਵੀਡੀਓ ਵਧੀਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦੀ